ਲੁਧਿਆਣਾ ਦੇ ਛਾਉਣੀ ਮੁਹੱਲਾ ਵਿਖੇ ਬੀਤੀ ਰਾਤ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋ ਧਿਰਾਂ ਆਪਸ ਵਿੱਚ ਭਿੜ ਪਈਆਂ ਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਸਰੇ ਉੱਪਰ ਖੂਬ ਇੱਟਾ ਪੱਥਰ ਬਰਸਾਏ ਗਏ। ਇਸ ਸੰਬੰਧੀ ਇੱਕ ਧਿਰ ਨੇ ਦੂਸਰੀ ਧਿਰ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਇਲਾਕੇ ਵਿੱਚ ਰਹਿੰਦੇ ਹਿੰਦੂ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਉੱਪਰ ਹਮਲੇ ਕਰ ਰਹੇ ਹਨ ਤੇ ਉਹਨਾਂ ਨੂੰ ਇੱਥੋਂ ਕੱਢਣਾ ਚਾਹੁੰਦੇ ਹਨ ਤੇ ਇਹ ਵਿਵਾਦ ਬੀਤੇ ਦਿਨੀ ਹੋਈ ਲੜਾਈ ਨੂੰ ਲੈ ਕੇ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਦੂਸਰੀ ਧਿਰ ਉੱਪਰ ਹਮਲੇ ਦੇ ਵੀ ਦੋਸ਼ ਲਗਾਏ। ਮੇਰਾ ਨਾਮ ਪ੍ਰਹਲਾਦ ਸਿੰਘ ਢਾਲ ਮਾਮਲਾ ਉਹਨਾਂ ਨੇ ਕੱਲ੍ਹ ਨਾ ਸਾਡੇ ਮੁੰਡੇ ਦੀ ਮਾਰਕੀਟ 'ਤੇ ਹਮਲਾ ਕਰਤਾ 3 ਵਾਰੀ। ਪਹਿਲਾਂ ਦੁਪਹਿਰੇ ਕੀਤਾ, ਫਿਰ ਸ਼ਾਮੀ ਰਾਤੀ 100-200 ਜਨਾਨੀ ਆਦਮੀ ਲੈ ਕੇ ਚਲੇ ਗਏ। ਸ਼ਾਮੀ 4 ਵਜੇ 6 ਵਜੇ 4 ਨੰਬਰ ਦ੍ਰਿਸ਼ੀ ਫੈਸਲਾ ਹੋ ਗਿਆ। ਅਸੀਂ ਕਿਹਾ ਵੀ ਚਲੋ ਠੀਕ ਹੈ ਅਤੇ ਆ ਘਰ ਆ ਗਏ। ਅਸੀਂ ਰੋਟੀ ਖਾਂਦੇ ਪਏ ਹਾਂ, ਉਹ ਬੋਤਲਾਂ ਕਰਪਾਨਾਂ ਲੈ ਕੇ ਗਟੂਏ ਫੈਰ 5-10-12 ਫੈਰ ਕੀਤੇ ਉਹਨਾਂ ਨੇ ਇਹ ਚੌਂਕ ਵਿੱਚ, ਅਤੇ ਗਟੂਆ ਕਿਰਪਾਨਾਂ ਲੈ ਕੇ 2 ਜਨਾਨੀਆਂ ਨੂੰ ਮਾਰਿਆ, ਇਹ ਬੰਦਿਆਂ ਨੂੰ ਮਾਰਿਆ, ਹੋਰਾਂ ਨੂੰ ਮਾਰਿਆ। ਕਹਿੰਦੇ ਇੱਥੋਂ ਤੁਸੀਂ ਸੁਧਾਰੋ, ਮੋਨਿਓ ਅਤੇ ਮੁਸਲਮਾਨੋ ਇੱਥੇ ਨਿਕਲ ਜਾਓ, ਛੱਡ ਦਿਓ ਇੱਥੇ ਸੁਧਾਰ ਮੁਸਲਮਾਨ ਹਿੰਦੂ। ਕਹਿੰਦੇ ਇੱਥੋਂ ਛੋਣੀ ਮੱਲਾ ਛੱਡ ਕੇ ਨਿਕਲ ਜਾਓ। ਕੌਣ ਸੀਗੇ ਦੂਜੇ ਪਾਸੇ? ਉਹ ਬਾਲਮੀਕ ਹੈ। ਕਾਰਨ ਕੀ ਸੀ ਲੜਾਈ ਦਾ? ਕਾਰਨ ਇਹ ਸੀ, ਕੱਲ੍ਹ ਇਹਨਾਂ ਨੇ ਕੱਲ੍ਹ ਸਾਡੇ ਬੇਟੇ ਦੇ ਦੁਕਾਨ 'ਤੇ ਇਹਨਾਂ ਨੇ ਹਮਲਾ ਕਰਾਤਾ, ਰਾਤੀ ASI ਆਇਆ। ਕਾਰਨ ਹਮਲਾ ਕੀਤਾ ਉਹਨਾਂ ਨੇ, ਹਮਲਾ ਹਿੰਦੂ ਸਿੱਖ ਦੇ ਵਰਲਾਫ, ਉਹ ਇੱਥੋਂ ਮੱਲਾ ਛੱਡ ਦਿਓ, ਇਹ ਗੱਲ ਹੈ। ਅਸੀਂ ਤਾਂ ਹੋਈ ਨਹੀਂ, ਸਾਨੂੰ ਤਾਂ ਅਸੀਂ ਤਾਂ ਅੰਦਰ ਸੀ ਆਪਣੇ। ਇੱਕ ਮਿੰਟ ਬੇਟੇ, ਮੈਂ ਤਾਂ ਆਪਣੇ, ਅਸੀਂ ਸਾਰਾ ਜਨਾਨੀਆਂ ਸਮੇਤ ਰੋਟੀ ਖਾਂਦੇ ਪਏ ਸਾਂ ਅੰਦਰ। ਮੌਕਾ ਦੇਖੋ ਤੁਸੀਂ ਆ ਕੇ, ਉਹਨਾਂ ਦੇ ਘਰ ਤੋਂ 70-80 ਬੰਦੇ ਤੋਂ ਉੱਤੇ ਸੀ। ਚਾਰ ਪੰਜ ਆ ਗਏ, ਇਹਦੇ 2 ਜਨਾਨੀਆਂ ਇੱਕ ਹਸਪਤਾਲ, ਉਹਨਾਂ ਵੱਲੋਂ ਉਹਨਾਂ ਵੱਲੋਂ 6-7 ਫਾਇਰ ਕੀਤੇ, 6-7 ਫਾਇਰ ਕੀਤੇ ਉਹਨਾਂ ਨੇ। 10 ਫਾਇਰ ਹੋਏ ਘੱਟੋ ਘੱਟ, ਕਿਹਨਾਂ ਨੇ ਕੀਤੇ? ਸਾਨੂੰ ਨਹੀਂ ਪਤਾ। ਨਹੀਂ, ਉਹਨਾਂ ਨੇ ਕੀਤੇ, ਆਪਾਂ ਨੂੰ ਨਹੀਂ ਪਤਾ ਕਿੰਨੇ ਫਾਇਰ ਕੀਤੇ ਆ। ਉਧਰ ਦੂਸਰੀ ਧਿਰ ਦਾ ਕਹਿਣਾ ਹੈ ਕਿ ਬੀਤੇ ਦਿਨੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਜਿਸ ਦਾ ਫੈਸਲਾ ਵੀ ਹੋ ਗਿਆ ਸੀ, ਪਰੰਤੂ ਉਕਤ ਧਿਰ ਨੇ ਫਿਰ ਉਹਨਾਂ ਉੱਪਰ ਹਮਲਾ ਕੀਤਾ ਹੈ। ਜਸ਼ਪਾਲ ਜੀ, ਇਹ ਲੜਾਈ ਕੱਲ੍ਹ ਦੀ ਹੋ ਰਹੀ ਹੈ ਜੀ। ਕੱਲ੍ਹ ਪਹਿਲਾਂ ਛੋਣੀ ਮੁਹੱਲੇ ਦੇ ਵਿੱਚ ਇੱਕ ਪਿੱਪਲ ਵਾਲੇ ਚੌਂਕ ਦੇ ਵਿੱਚ ਰਾਜੂ ਕੋਈ ਨਾਮ ਦਾ ਦੁੱਧ ਵਾਲਾ, ਇੱਥੋਂ ਵਾਲਮੀਕੀ ਮੁਹੱਲੇ ਤੋਂ ਸਾਰੇ ਮੁਹੱਲੇ ਵਾਲੇ ਦੁੱਧ ਉੱਥੋਂ ਲੈਂਦੇ ਜਾ ਕੇ, ਅਤੇ ਕੱਲ੍ਹ ਇਹਨਾਂ ਦੀ ਕਿਸੇ ਗੱਲ ਤੋਂ ਤੂੰ ਮੈਂ ਹੋ ਗਈ। ਇੱਥੋਂ ਸਾਡੇ ਸੁਨੀਤਾ ਭੈਣ ਜੀ, ਉਹਨਾਂ ਨੇ ਉਹ ਬੋਲੇ ਅਤੇ ਉਹਨਾਂ ਨੂੰ ਕੰਪਲੇਂਟ ਲਿਖਾਤੀ ਉੱਥੇ 4 ਨੰਬਰ ਥਾਣੇ ਦੇ ਵਿੱਚ। ਔਰ ਅੱਜ ਜਾ ਕੇ ਦਾਣਾ ਸਾਹਿਬ, ਜਿੰਦਰ ਹੰਸ ਜੀ, ਲਵ ਦਰਾਵੜ ਜੀ, ਬਾਕੀ ਹੋਰ ਸਾਰੇ ਮੁਹੱਲੇ ਵਾਲੇ ਨੇ ਉੱਥੇ ਥਾਣੇ ਜਾ ਕੇ, ਅਤੇ ਉੱਧਰੋਂ ਪ੍ਰਹਲਾਦ ਢਾਲ ਜੀ ਨੇ ਉਹ ਚਲੇ ਗਏ, ਉਹਨਾਂ ਨੇ ਬਹਿ ਕੇ ਉੱਥੇ ਉਹ ਆਪਣੇ ਪੋਤੇ ਲਈ ਮਾਫ਼ੀ ਮੰਗੀ ਵੀ ਚਲੋ ਉਹਨੇ ਜਿਹੜੀ ਬਦਤਮੀਜੀ ਕੀਤੀ ਆ ਮੈਂ ਮਾਫ਼ੀ ਮੰਗਦਾ, ਵੀ ਉਹ ਆਪ ਹਜੇ ਆ ਨਹੀਂ ਸਕਦਾ, ਉਹ ਬਿਮਾਰ ਆ, ਉਹਨੂੰ ਗਲੂਕੋਸ ਲੱਗਿਆ ਹੋਇਆ, ਅਤੇ ਉਹਦੀ ਜ਼ਿੰਮੇਵਾਰੀ ਮੈਂ ਆਪਣੇ ਪੋਤੇ ਦੀ ਆਪ ਲੈਂਦਾ। ਤੋ ਸਾਰਿਆਂ ਨੇ ਇੱਧਰੋਂ ਕੰਪਰੋਮਾਈਜ਼ ਕਰ ਲਿਆ, ਜੋ ਜ਼ਿੰਮੇਵਾਰੀ ਚੱਕ ਲਈ ਦਾਦੇ ਨੇ ਤਾਂ ਕੰਪਰੋਮਾਈਜ਼ ਹੋ ਗਿਆ। ਹੁਣ ਅੱਜ ਸ਼ਾਮ ਦੇ ਵੇਲੇ ਫਿਰ ਅਟੈਕ ਕਰਤਾ, ਇਹ ਸਾਨੂੰ ਨਹੀਂ ਸਮਝ ਲੱਗੀ ਵੀ ਕੀ ਜਦ ਕੰਪਰੋਮਾਈਜ਼ ਹੋ ਗਿਆ, ਇੱਕ ਦਾਦੇ ਨੇ ਜ਼ਿੰਮੇਵਾਰੀ ਚੱਕ ਲਈ, ਬੜੀ ਮਾੜੀ ਗੱਲ ਹੈ। ਇਹਦਾ ਮਤਲਬ ਇੱਥੋਂ ਇਹ ਲੱਗਦਾ ਕਿ ਪ੍ਰਹਲਾਦ ਢਾਲ ਜੀ ਦੇ ਜਿਹੜੇ ਪੋਤੇ ਆ ਉਹ ਉਹਨਾਂ ਦਾ ਕਹਿਣੇ 'ਚ ਨਹੀਂ ਹੈਗੇ। ਜੇ ਇੱਕ ਦਾਦਾ ਪੁੱਤ ਜ਼ਿੰਮੇਵਾਰੀ ਚੱਕ ਕੇ ਆ ਰਿਹਾ ਅਤੇ ਫਿਰ ਉਸ ਤੋਂ ਬਾਅਦ ਅਟੈਕ ਕਰ ਰਿਹਾ, ਕਾਰਨ ਉੱਥੇ ਕੋਈ ਜੋ ਦੱਸਦੇ ਲੋਕ ਵੀ ਦੁੱਧ ਵਾਲੇ ਦੇ ਨਾਲ ਕੋਈ ਲੜਾਈ ਇਹਨਾਂ ਦੀ ਤੂੰ ਮੈਂ ਚੱਲ ਰਹੀ ਸੀ, ਦੁਕਾਨ ਦਾ ਰੌਲਾ ਚੱਲ ਰਿਹਾ ਅਤੇ ਉਹਦੀ ਬਾਂਹ ਵੀ ਟੁੱਟੀ ਹੋਈ ਹੈ ਮੁੰਡੇ ਦੀ ਕੱਲ੍ਹ ਦੀ ਲੜਾਈ ਦੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ ਇੱਥੋਂ ਮੁਹੱਲਿਓਂ ਜਾਂਦੇ ਦੁੱਧ ਲੈਣ ਲਈ, ਇਹ ਉਹਨਾਂ ਨੇ ਕਿਹਾ ਵੀ ਹਾਲ ਚਾਲ ਪੁੱਛਣ ਲੱਗ ਗਏ, ਇਹਨਾਂ ਨੇ ਸਮਝਿਆ ਪਤਾ ਨਹੀਂ ਉਹਨਾਂ ਦੀ ਕੋਈ ਸਪੋਰਟ ਕਰਨ ਆ ਗਿਆ, ਕਿਉਂਕਿ ਉਹਨਾਂ ਨੇ ਤਾਂ ਰੂਟੀਨ ਹੈ ਇੱਕ ਦੁੱਧ ਲੈ ਕੇ ਆਉਣ ਦੀ, ਅਤੇ ਇਹਨਾਂ ਨੂੰ ਵੀ ਗਾਲਾਂ ਗੁਲਾਂ ਕੱਢ ਲੱਗ ਗਏ, ਇੱਥੋਂ ਹੀ ਗੱਲ ਵੱਧਦੀ ਉਠਾਣੇ ਚਲੇ ਗਈ। ਜਿਹਦਾ ਮੈਂ ਤੁਹਾਨੂੰ ਅੱਜ ਉੱਧਰੋਂ ਹਾਂਜੀ ਹਮਲਾ ਹੋਇਆ ਔਰ ਗੋਲੀ ਵੀ ਚੱਲੀ ਹੈ, ਜੋ ਇੱਥੇ ਤੁਹਾਨੂੰ ਵੀਡੀਓ ਵੀ ਦਿਖਾਈਆਂ ਗਈਆਂ, ਮੁੰਡੇ ਵੀ ਦੱਸਦੇ 8-10 ਜਣੇ ਦੇ ਸੱਟਾਂ ਲੱਗੀਆਂ ਹੋਈਆਂ ਜਿਹਨੇ ਮੈਡੀਕਲ ਕਰਾ ਲਿਆ ਆਪਣਾ, ਅਤੇ ਗੋਲੀ ਚੱਲੀ ਹੈ, ਬੜੀ ਮਾੜੀ ਗੱਲ ਹੈ। ਇਹ ਇੱਕ ਮੁਹੱਲੇ ਦੇ ਵਿੱਚ ਰਹਿ ਕੇ ਇਹ ਜਿਹੜੀਆਂ ਇੱਦਾਂ ਦੀਆਂ ਹਰਕਤਾਂ ਕਰਨੀਆਂ, ਜਦ ਇਸ ਗੱਲ ਇੱਕ ਗੱਲ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ, ਦੁਆਰ 'ਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ, ਅਸੀਂ ਇਹਦੀ ਨਿੰਦਾ ਕਰਦੇ। ਇਹਨਾਂ ਨੇ ਵਿਚਾਰੇ ਨੇ ਕਾਹਦਾ ਪ੍ਰੈਸ਼ਰ ਬਣਨਾ, ਇਹਨਾਂ ਦੇ ਘਰ ਤਾਂ ਸੋਟੀ ਵੀ ਨਹੀਂ ਨਿਕਲੀ ਮਾਰਨ ਲਈ, ਫਾਇਰ ਤਾਂ ਉੱਧਰੋਂ ਹੋ ਰਹੇ ਆ, ਉਰੇ ਕੋਈ ਨਵੇਂ ਤਾਂ ਰਹਿ ਨਹੀਂ ਰਹੇ। ਜੋ ਉੱਧਰੋਂ ਵੀ ਢੱਲ ਪਰਿਵਾਰ ਵੀ ਬੜਾ ਪੁਰਾਣਾ ਇੱਥੇ ਜੰਮਿਆ ਪਲਿਆ, ਇਹ ਵੀ ਛੋਣੀ ਮੁਹੱਲੇ ਜੋ ਸਾਡੇ ਸਮਾਜ ਦਾ ਮੁਹੱਲਾ, ਇਹ ਵੀ ਇੱਥੇ ਪੁਰਾਣੇ ਜੰਮੇ ਪਲੇ ਸਾਰੇ ਰਹਿੰਦੇ ਇੱਥੇ, ਇੱਦਾਂ ਦੀ ਕਦੀ ਗੱਲ ਨਹੀਂ ਹੋਈ।
ਸਾਰਿਆਂ ਦੇ ਇੱਥੇ ਮੇਰੇ ਖਿਆਲ ਕੋਈ 50 ਸਾਲ ਤੋਂ ਕੋਈ 40 ਸਾਲ ਤੋਂ ਹੈ, ਇੱਦਾਂ ਸਾਰੇ ਰਹਿ ਰਹੇ, ਕਦੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ। ਔਰ ਨਾ ਕੋਈ ਐਡੇ ਸਮਾਜ ਕੋਲ ਪੈਸੇ ਆ ਗਏ ਵੀ ਜਿਹੜੇ ਉਹਨਾਂ ਦੇ ਮਕਾਨ ਧੱਕਣਾ ਖਰੀਦਣ ਲੱਗ ਜਾਣ। ਉੱਧਰ SHO ਸਤਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਨੇ ਦੋਵਾਂ ਧਿਰਾਂ ਉੱਪਰ ਮਾਮਲਾ ਦਰਜ ਕੀਤਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਆਸ ਵਿੱਚ, ਅਤੇ ਇਹਨਾਂ ਨੇ ਆਸ ਵਿੱਚ ਇੱਕ ਦੂਜੇ ਦੇ ਪੱਥਰ ਇੱਟਾਂ ਮਾਰੇ ਆ। ਉਹਦੇ ਵਿੱਚ ਹਾਲੇ ਤੱਕ ਇਹ ਨਹੀਂ ਪਤਾ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ, ਹਾਲੇ ਤੱਕ ਇਹ ਨਹੀਂ ਪਤਾ। ਅਤੇ ਜਿਹੜੇ ਵੀ ਹੋਈ ਅਸੀਂ ਆਪਣੇ ਵੱਲੋਂ ਇੱਕ ਕਾਰਵਾਈ ਕਰ ਰਹੇ ਇਹਨਾਂ ਦੋਨਾਂ ਧਿਰਾਂ ਦੇ ਖਿਲਾਫ। ਸਰ ਕੀ ਕਿੰਨੇ ਵਜੇ ਦਾ ਇੰਸੀਡੈਂਟ ਹੈ ਅਤੇ ਕਾਰਨ ਕੀ ਹੈ ਕੁਛ ਹਾਲੇ ਤੱਕ ਪਤਾ ਲੱਗਿਆ ਜੀ? ਇਹਨਾਂ ਕਾਰਨ ਇਹਨਾਂ ਦਾ ਆਪਸੀ ਬਸ ਛੋਟੀ ਮੋਟੀ ਗੱਲ ਤੋਂ ਲੈ ਕੇ ਲੰਘਣ ਵੜਨ ਤੋਂ ਲੈ ਕੇ ਝਗੜਾ ਹੋਇਆ ਕਿਸੇ ਗੱਲ ਤੋਂ, ਉਹ ਅਸੀਂ ਪੜਤਾਲ ਕਰ ਰਹੇ ਹਾਂ। ਪੜਤਾਲ ਕਰਕੇ ਜੋ ਵੀ ਗੱਲ ਸਾਹਮਣੇ ਆਈ ਉਸ ਹਿਸਾਬ ਨਾਲ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਾਂਗੇ। ਕਿੰਨੇ ਵਜੇ ਦਾ ਇੰਸੀਡੈਂਟ ਹੋਇਆ? ਕਰੀਬ ਤੋਂ ਅੱਧਾ ਘੰਟਾ ਪਹਿਲਾਂ ਹੋਇਆ। ਨਹੀਂ ਹੋਰ ਕੋਈ ਨੁਕਸਾਨ ਕੁਝ ਨਹੀਂ ਹੋਇਆ, ਕੋਈ ਜੇ ਕਿਸੇ ਸੱਟ ਲੱਗੀ ਹੈ ਜਾਂ ਕੋਈ ਉਹ ਜੋ ਵੀ ਸਾਹਮਣੇ ਆ ਕੇ ਦੇਖ। ਹਾਂ ਇੱਕ ਗੱਡੀ 'ਤੇ ਲੱਗੀ ਹੈ। ਨਹੀਂ ਕੋਈ ਇਹੋ ਜਿਹੀ ਕੋਈ ਨਹੀਂ ਗੱਲ ਹੋਈ। ਨਹੀਂ ਕੋਈ ਨਹੀਂ, ਇਹ 160 IPC ਦਾ ਪਰਚਾ ਦਰਜ ਕਰ ਰਹੇ ਦੋਨਾਂ ਧਿਰਾਂ ਦੇ ਖਿਲਾਫ਼।